ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਮ ਹੋਗੇ ਤਰ੍ਹਾਂ ਜੀ ਤੁਹਾਡੇ ਲਈ ਸੋ ਇੱਕ ਨਵੀਂ ਅਪਡੇਟ ਲੈ ਕੇ ਆਏ ਹਾਂ ਜੀ ਜੋ ਕਿ ਆਪਣੀ ਪੋਸਟਾਂ ਨਿਕਲੀਆਂ ਸੀ ਗ੍ਰਾਮਨ ਡਾਕ ਸੇਪ ਦੇ ਵਿੱਚ ਠੀਕ ਹੈ ਜੀ ਡਾਕਖਾਨੇ ਦੇ ਵਿੱਚ ਪੋਸਟਾਂ ਆਈਆਂ ਸੀ ਤੇ 950 ਦੇ ਲਗਭਗ ਪੋਸਟਾਂ ਸੀ ਆਪਣੇ ਕੋਲ ਉਹ ਠੀਕ ਹੈ ਤੇ ਪੋਸਟਾਂ ਫਿਲਹਾਲ ਹਲਵ ਚੱਲ ਰਹੀਆਂ ਨੇ ਉਸਦੀ ਆਨਲਾਈਨ ਐਪਲੀਕੇਸ਼ਨ ਸਟਾਰਟ ਹੋਏ ਹੋਏ ਨੇ ਠੀਕ ਹੈ ਜੀ ਤੇ ਇਸ ਦੇ ਸੰਬੰਧੀ ਤਾਂ ਆਪਾਂ ਕੁਝ ਜੋ ਤੁਹਾਡੇ ਡਾਊਟ ਨੇ ਆਪਾਂ ਕਲੀਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਕੈਟਾਗਰੀ ਵਾਈਜ਼ ਪੋਸਟਾਂ ਕਿੰਨੇ ਰਹਿਣ ਤੇ ਇਸ ਵਾਰ ਕਿੰਨੀ ਕ ਰਹੇਗੀ ਤੇ ਕਿੰਨੇ ਸਮੇਂ ਬਾਅਦ ਇਹ ਜੋ ਰਿਜ਼ਲਟ ਕੋਸ਼ਤ ਕੀਤਾ ਜਾਵੇਗਾ ਠੀਕ ਹੈ ਸਾਰੇ ਜੋ ਇੰਪੋਰਟੰਟ ਗੱਲਾਂ ਹੋਣਗੀਆਂ ਫਿਰ ਇਸ ਵੀਡੀਓ ਵਿੱਚ ਦੇਖਣ ਵਾਲੇ ਹੈ ਜੀ ਠੀਕ ਹੈ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਰਾਜੀ ਜੋ ਆਪਣੀ ਪੋਸਟ ਨੇ ਸੋ ਐਪਲੀਕੇਸ਼ਨ ਫਾਰਮ ਸਟਾਰਟ ਹੋਏ ਸੀ ਇਸ ਦੇ ਸੋ 2 ਤਰੀਕ ਤੋਂ ਐਪਲੀਕੇਸ਼ਨ ਫਾਰਮ ਸਟਾਰਟ ਹੋਏ ਸੀ ਇਸ ਦੇ ਠੀਕ ਹੈ ਤੇ 2 ਮਈ ਤੋਂ ਹੋਈ ਸੀ ਤੇ ਆਪਣੇ 5 ਜੂਨ ਤੱਕ ਇਸ ਦੇ ਐਪਲੀਕੇਸ਼ਨ ਫਾਰਮ ਚੱਲਣਗੇ ਤਾਂ ਡੇਟ ਵਾਲੀ ਪਈ ਹੈ ਤਾਂ ਤੁਸੀਂ ਜਲਦੀ ਜਲਦੀ ਸੋ ਜੋ ਫਾਰਮ ਹੈ ਉਹ ਜਰੂਰ ਅਪਲਾਈ ਕਰ ਦਿਓ ਤੇ ਨੈਕਸਟ ਜੇਕਰ ਗੱਲ ਕਰੀਏ ਆਪਾਂ ਕੈਟਾਗਰੀ ਵਾਈਜ਼ ਪੋਸਟਾਂ ਦੀ ਦੇਖੋ ਜੋ ਪੰਜਾਬ ਦੀ ਪੋਸਟਾਂ ਨੇ ਆਪਣੀਆਂ ਤਾਂ ਤੁਹਾਨੂੰ ਮੈਂ ਚਾਰਟ ਦਿਖਾ ਦਿੰਨਾ ਕੈਟਾਗਰੀ ਵਾਈਜ਼ ਕਿੰਨੀਆਂ-ਕਿੰਨੀਆਂ ਪੋਸਟਾਂ ਉਸ ਦੇ ਵਿੱਚ ਵੰਡੀਆਂ ਹੋਈਆਂ ਨੇ ਤਾਂ ਦੇਖੋ ਰਾਜੀ ਇਹ ਆਪਣੇ ਕੋਲ ਚਾਰਟ ਸੀ ਪੋਸਟਾਂ ਦਾ ਸੋ ਕੈਟਾਗਰੀ ਵਾਈਜ਼ ਜਿਹੜੀ ਪੋਸਟਾਂ ਵੰਡੀਆਂ ਨੇ ਇਸ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਗੱਲ ਕਰਾਂਗੇ ਸੋ ਆਪਣੇ ਪੰਜਾਬ ਦੀ ਦੇਖੋ 24 ਨੰਬਰ ਤੇ 25 ਨੰਬਰ ਤੇ ਦੋਵੇਂ ਦੇਖੋ 24 ਤੇ 25 ਠੀਕ ਹੈ ਜੀ ਤਾਂ ਇਸ ਦੇ ਵਿੱਚ ਸਭ ਤੋਂ ਦੇਖੋ ਜੋ ਨੀਚੇ ਹੈ ਸੋ ਪੰਜਾਬੀ ਆਪਣੇ ਕੋਲ ਸਬਜੈਕਟ ਹੈ ਜਿਹਦੇ ਕੋਲ ਤਾਂ ਉਹਦੇ ਵਿੱਚ ਪੋਸਟਾਂ ਨੇ ਯਾਰ ਜੀ ਨੈਕਸਟ ਗੱਲ ਕਰੀ ਜੇਕਰ OBC ਦੀ ਤਾਂ 188 ਪੋਸਟਾਂ ਨੇ ਤੇ ਜੇਕਰ ਗੱਲ ਕਰੀ EWS ਦੀ ਤਾਂ ਉਹਨਾਂ ਵਾਸਤੇ ਪੋਸਟਾਂ 63 ਨੇ ਠੀਕ ਹੈ ਜੀ ਤੇ ਨੈਕਸਟ ਆਪਣੇ ਕੋਲ ਪੋਸਟਾਂ ਨੇ SC ਦੀਆਂ 264 ਪੋਸਟਾਂ ਤੇ ਦਿੱਤੀਆਂ ਨੇ ਠੀਕ ਹੈ ਤੇ SC ਤੋਂ ਬਾਅਦ ਇੱਥੇ ਕੋਈ ਵੀ ਪੋਸਟ ਨਹੀਂ ਹੈ ਤੇ ਕੁੱਲ ਪੋਸਟ ਆਪਣੇ ਕੋਲ 948 ਪੋਸਟਾਂ ਤੇ ਦਿੱਤੀਆਂ ਨੇ ਅੰਤ ਤੇ ਜੀ ਠੀਕ ਹੈ ਜੀ ਤੁਸੀਂ 948 ਪੋਸਟਾਂ ਦੇਖ ਸਕਦੇ ਹੋ ਨਾਲੇ ਜੋ ਉੱਪਰ ਆਪਣੇ ਕੋਲ ਹਿੰਦੀ ਤੇ ਇੰਗਲਿਸ਼ ਵਾਸਤੇ 100 ਪੋਸਟਾਂ ਨੇ ਆਪਣੇ ਕੋਲ 948 ਦੇ ਉੱਪਰ ਦੇਖਾਂਗੇ ਆਪਾਂ ਜਦੋਂ ਤਾਂ ਉਹਦੇ ਵਿੱਚ ਪੋਸਟਾਂ 21 ਪੋਸਟਾਂ ਠੀਕ ਹੈ ਜੀ ਤੇ 970 ਦੇ ਲ ਤਾਂ ਕੈਟਾਗਰੀ ਵਾਈਜ਼ ਤੁਸੀਂ ਪੋਸਟਾਂ ਦੇਖ ਲਿਓ ਸੋ ਕੈਟਾਗਰੀ ਦੀ ਬਾਜੀ ਬੰਡੇ ਜਾਣਗੇ ਤੇ ਇਹ ਆਪਾਂ ਇੱਕ ਚਾਰਟ ਵੀ ਟੈਲੀਗ੍ਰਾਮ ਤੇ ਸੈਂਡ ਕੀਤਾ ਸੀ ਜੇ ਤੁਹਾਡੇ ਆਪਣੇ ਪਿੰਡ ਦੇ ਸ਼ਹਿਰ ਦੇ ਨੇੜੇ ਦੇ ਵਿੱਚ ਜਿਹੜੇ ਡਾਕ ਖਾਨੇ ਖਾਲੀ ਨੇ ਸੋ ਉਹਨਾਂ ਦੇ ਵਿੱਚ ਡਾਕ ਖਾਨੇ ਦੇ ਵਿੱਚ ਪਈ ਜਾਣੀ ਹੈ ਤਾਂ ਆਪਣੀ ਪ੍ਰੋਵੈਂਸ ਦੇ ਮੁਤਾਬਿਕ ਤੁਸੀਂ ਉਹ ਪੋਸਟ ਆਪ ਭਰ ਸਕਦੇ ਹੋ ਤੁਸੀਂ ਠੀਕ ਹੈ ਪ੍ਰੋਵੈਂਸ ਦੇ ਸਕਦੇ ਹੋ ਆਪਣੀ 4-5 ਠੀਕ ਹੈ ਤਾਂ ਉਹ ਵੀ ਤੁਹਾਨੂੰ ਮੈਂ ਵੀਡੀਓ ਪ੍ਰੋਵਾਈਡ ਕੀਤੀ ਸੀ ਪਹਿਲਾਂ ਤਾਂ ਕੈਟਾਗਰੀ ਵਾਈਜ਼ ਪੋਸਟਾਂ ਪਤਾ ਲੱਗ ਗਈ ਹੋਣੀ ਤੁਹਾਨੂੰ ਤਾਂ ਹਾਂ ਜੀ ਰਾਜੇ ਇਹ ਦੇਖ ਸਕਦੇ ਤੁਸੀਂ ਪੋਸਟ ਭਰਨ ਤੋਂ ਪਹਿਲਾਂ ਤੁਸੀਂ ਇੱਕ ਵਾਰ ਕੱਟਆਫ ਜ਼ਰੂਰ ਦੇਖ ਲਓ ਪਿਛਲੀ ਕੱ ਸੋ ਗ੍ਰਾਮਿੰਡਾਕ ਸੇਵ ਕੋ ਪੰਜਾਬ ਸਰਕਲ ਦੀ ਹੈ ਜਿਸ ਦਾ ਰਿਜ਼ਲਟ ਕੋਸ਼ਿਸ਼ ਕੀਤਾ ਗਿਆ ਸੀ 3 11 2020 ਦੇ ਵਿੱਚ ਠੀਕ ਹੈ ਜੀ ਯਾਨੀ ਕਿ 21 ਜੜ ਗਿਆ ਸੀ ਉੱਤੇ ਪੈਦਾ ਪੈਚ ਮਹੀਨਾ ਹੀ ਰਹਿ ਗਿਆ ਸੀ ਤੇ ਇਹ ਡਿਵੀਜ਼ਨ ਅ ਮੁਤਾਬਿਕ ਤੁਹਾਡਾ ਰਿਜ਼ਲਟ ਦਿੱਤਾ ਗਿਆ ਨਾਮ ਦਿੱਤਾ ਪਿਆ ਠੀਕ ਹੈ ਜੀ ਤੇ ਬੀਓ ਨਾਮ ਦਿੱਤਾ ਪਿਆ ਜੋ ਤੁਹਾਡੇ ਸ਼ਹਿਰ ਦੇ ਵਿੱਚ ਖਾਲੀ ਨੇ ਮਤਲਬ ਜੋ ਡਾਕ ਹਨ ਨੇ ਠੀਕ ਹੈ ਪੋਸਟ ਨੇਮ ਤੇ ਕੈਟਾਗਰੀ ਦਿੱਤੀ ਹੈ ਠੀਕ ਹੈ ਤੇ ਇੱਥੇ ਰਜਿਸਟ੍ਰੇਸ਼ਨ ਨੰਬਰ ਤੇ ਇਹ ਦੇਖੋ ਸਿਲੈਕਟਡ ਤਾਂ ਇੱਥੇ ਦੇਖਾਂਗੇ ਆਪਾਂ ਸਿਲੈਕਟਡ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਵਿੱਚ ਦੇਖੋ ਚੰਡੀਗੜ੍ਹ ਦੇ ਸਭ ਤੋਂ ਜੋ ਹਾਈਐਸ ਕਟਆਫ ਹੋ ਗਈ ਦੇਖੋ 98.4 ਉਹ ਜਨਰਲ ਦੀ ਗਈ ਹੈ ਦੇਖੋ ਠੀਕ ਹੈ ਜੀ ਜਿੱਦਾਂ ਕਿ ਆਪਣੀ 10ਵੀਂ ਦੀ ਪਰਸੈਂਟੇਜ ਮਾਰਕ ਜਿਹੜੇ ਸਿਰਫ ਉਹੀ ਚੱਕੇ ਜਾਣਗੇ ਤਾਂ ਉਹਨਾਂ ਦੇ ਮੁਤਾਬਕ ਇਸ ਵਿੱਚ ਉਹੀ ਨੰਬਰ ਲੱਗੇ ਹੋਏ ਨੇ ਇਹ ਤੇ ਨੈਕਸਟ ਦੇਖੋ ਸੋ ਜਨਰਲ ਵਾਸਤੇ 95 ਹੈ ਜੀ ਤੇ ਐਸਸੀ ਵਾਸਤੇ ਦੇਖ ਲਓ ਸੋ ਐਸਸੀ ਵਾਸਤੇ ਵੀ ਕਿੰਨੀ ਹੈ ਜੀ 96 96 ਪਰਸੈਂਟ ਐਸਸੀ ਵਾਸਤੇ ਵੀ ਠੀਕ ਹੈ ਉਸ ਤੋਂ ਬਾਅਦ ਹੈ ਜਨਰਲ ਵਾਸਤੇ 95 ਆ ਗਈ ਤੇ ਈਡਬਲਯੂਐਸ ਤੋਂ ਬਾਅਦ ਵੀ ਦੇਖ ਲਓ ਦੋਸਤੋ 98 ਪਰਸੈਂਟ ਠੀਕ ਹੈ ਇਹ ਚੰਡੀਗੜ੍ਹ ਦੇ ਵਿੱਚ ਹੈ ਤੇ ਇਹ ਦੇਖੋ ਹੋਰ 95 ਤੱਕ ਵੀ ਇਹ ਹੀ ਹੋਈ ਹੈ ਨੈਕਸਟ ਪਰ ਡਿਵੀਜ਼ਨ ਦੀ ਗੱਲ ਕਰਾਂਗੇ ਹੋਰ ਦੇਖੋ ਜੋ ਡਿਵੀਜ਼ਨ ਹੈ ਆਪਣੇ ਲੁਧਿਆਣੇ ਦੇ ਵਿੱਚ ਤਾਂ ਲੁਧਿਆਣੇ ਦੇ ਵਿੱਚ ਵੀ ਦੇਖੋ ਸੋ 95 ਤੋਂ ਨੀਚੇ ਹੈ ਨਹੀਂ ਕਿਤੇ 96% ਠੀਕ ਹੈ ਜੀ ਪੀਡਬਲ ਕੈਂਡੀਡੇਟ ਜਰੂਰ ਨੇ ਦਿੱਤੀ ਹੋਈ ਹੈ ਇੱਥੇ 82% ਦਿੱਤੀ ਹੋਈ ਹੈ ਇੱਥੇ ਠੀਕ ਹੈ 96% 98 80 ਠੀਕ ਹੈ ओबीसी ਦੀ 98 ओबीसी ਦਿੱਤੀ ਹੋਈ ਹੈ ਦੇਖੋ ਇਹ ਡਿਵੀਜ਼ਨ ਅਨੁਸਾਰ ਦਿੱਤੀ ਹੋਈ ਹੈ ਲੁਧਿਆਣੇ ਤੋਂ ਬਾਅਦ ਦੇਖਦੇ ਆਪਾਂ ਦੇਖੋ ਕਿੰਨੇ ਡਿਵੀਜ਼ਨ ਸਾਰੇ ਡਿਵੀਜ਼ਨ ਨੇ ਦਿੱਤੀ ਹੋਈ ਹੈ ਪਟਿਆਲੇ ਦੇ ਵਿੱਚ ਵੀ ਦੇਖ ਲਓ ਤਾਂ ਉੱਥੇ ਵੀ 95 ਦਿੱਤੀ ਹੋਈ ਹੈ ਠੀਕ ਹੈ 94 95 ਤਾਂ ਅਜ ਤੱਕ ਤਾਂ ਲਗਭਗ ਹੈ ਗਈ ਹੈ ਤੇ ਸਭ ਤ ਸਭ ਤੋਂ ਜੋ ਆਪਾਂ ਕੱਟ ਮੰਨ ਕੇ ਚੱਲੀ ਜੇਕਰ ਤਾਂ 92 93 ਦੇ ਲਗਭਗ ਇਸ ਦੇ ਵਿੱਚ ਜੋ ਸਭ ਤੋਂ ਘੱਟ ਕੱਟ ਆਫ ਹੈ ਇਹ ਦੇਖੋ 93.69 ਹੈ ਜੋ ਐਸ ਸੀ ਕੈਟਾਗਰੀ ਦੀ ਠੀਕ ਹੈ ਜੀ ਤੇ ਇਹ ਵੀ ਕੋਈ ਕੱਟ ਨਹੀਂ ਹੈ ਵੀ ਬਹੁਤ ਜ਼ਿਆਦਾ ਹੈ ਠੀਕ ਹੈ ਸੋ ਲਗਭਗ ਦੇਖੋ 94 95 ਹੀ ਹੈ ਸੋ ਬਹੁਤ ਕੱਟ ਮਿਲੂਗੀ ਤੁਹਾਨੂੰ ਜੋ ਕੀ 85% ਹੋਵੇ ਕਿਤੇ ਠੀਕ ਹੈ ਨਹੀਂ 90 ਤੋਂ ਪਲੱਸ ਦੀ ਸਾਰੀ ਕੱਟ ਆਫ ਜੇ ਤੁਸੀਂ ਦੇਖੋਗੇ ਤੇ ਇਸ ਦਾ ਕਾਰਨ ਕੀ ਸੀ ਦੋਸਤੋ ਤੁਹਾਨੂੰ ਸਭੇ ਪੋਸਟਾਂ ਤੋਂ ਕੱਟ ਸੀ ਆ ਇਹ ਦੇਖੋ ਸੋ ਇਸ ਸਮੇਂ ਕੁੱਲ ਪੋਸਟਾਂ ਸੀ ਆਪਣੇ ਕੋਲ ਇਹ نیچے ਆਪਾਂ ਚੱਲਾਂਗੇ 516 ਇਹ ਦੇਖੋ 516 ਸੀ ਉਸ ਟਾਈਮ ਤੇ ਹੁਣ ਆਈਆਂ ਨੇ ਆਪਣੇ ਕੋਲ 990 ਦੇ ਲਗਭਗ ਤਾਂ ਕਾਟਆਫ ਥੋੜਾ ਜਿਹਾ ਫਰਕ ਤਾਂ ਪਵੇ ਗਈ ਠੀਕ ਹੈ ਇਹ ਦੇਖੋ ਚੰਡੀਗੜ੍ਹ ਤੋਂ ਜਦੋਂ ਰਿਜ਼ਲਟ ਕੋਸ਼ਿਸ਼ ਕੀਤਾ ਕਿ ਉਸ ਟਾਈਮ ਹੀ ਤਾਂ 516 ਸੀ ਤਾਂ ਇਸ ਟਾਈਮ 950 ਤਾਂ ਤੁਸੀਂ ਮੰਨ ਲੈਂਗੇ ਚਲੋ ਜੇ ਉਸ ਉਸ ਵਾਰ ਦੇਖੋ ਇਸ ਵਾਰ ਜਿਹੜੀ ਕਟਆਫ ਸੀ ਇਹ 90 ਪਲੱਸ ਹੈ ਤਾਂ 93 94 ਤਾਂ ਹੋਣਾ ਹੈ ਜਿਹੜੀ ਆਪਾਂ ਦੇਖਣ ਲੱਗ ਰਹੇ ਹਾਂ 93 94% ਤਾਂ ਹੈਗੀ ਇਸ ਟਾਈਮ ਠੀਕ ਹੈ ਜੇਕਰ 2022 ਦੀ ਗੱਲ ਕਰੀਏ ਤਾਂ ਇਸ ਵਾਰ ਜੋ ਕਟਆਫ ਤੁਹਾਡੀ ਉਹ ਘੱਟੋ-ਘੱਟ 85 ਤੋਂ 90% ਦੇ ਵਿੱਚ ਦਾ ਜਿਹੜੇ ਨੰਬਰ ਨੇ ਉਹ ਅਪਲਾਈ ਕਰ ਸਕਦਾ ਹੈ ਉਹਦੇ ਚਾਂਸ ਬਣ ਸਕਦੇ ਨੇ ਠੀਕ ਹੈ ਜੀ 90 ਤੋਂ 85% ਦੇ ਵਿਚਕਾਰ ਕਿਉਂਕਿ ਤੁਸੀਂ ਇਸ ਦੇ ਵਿੱਚ ਕੋਈ ਵੀ ਭਲੇਖਾ ਨਹੀਂ ਰੱਖਣਾ ਜੇ ਆਪਾਂ ਕਹਿ ਦੀ ਵੀ ਚਲ ਤੁੱਕਾ ਲੱਗ ਜੇ ਜਾਂ ਕੁਝ ਹੋਰ ਲੱਗ ਜੇ ਕਿਉਂਕਿ ਪੇਪਰ ਦੇ ਵਿੱਚ ਹੋ ਸਕਦਾ ਪੜ ਕੇ ਨੰਬਰ ਲੈ ਜਾਈਏ ਬਟ ਇਸ ਦੇ ਵਿੱਚ ਤੁੱਕਾ ਨਹੀਂ ਲੱਗ ਸਕਦਾ ਕਿਉਂਕਿ ਆਪਾਂ ਨੂੰ ਪਤਾ ਉਹ ਤਾਂ ਆਪਾਂ ਨੂੰ ਸਾਫ਼ ਹੀ ਦਿਖਣ ਲੱਗ ਰਹੇ ਨੇ ਆਪਣੇ ਪਰਸੈਂਟੇਜ ਇੰਨੇ ਨੇ ਤਾਂ ਉਸ ਵਿੱਚ ਨੰਬਰ ਪਾਏਗਾ ਠੀਕ ਹੈ ਜੀ ਤਾਂ ਉਹ ਮੜਾ ਪ੍ਰਤਿਆਕ ਦੇਖ ਸਕਦੇ ਨੇ ਜਿਹਦੀ 85 ਤੋਂ 90% ਦੇ ਨੇ ਕਿਉਂਕਿ ਉਹਨਾਂ ਦਾ ਕਈ ਵਾਰ ਚਾਂਸ ਬਣ ਸਕਦਾ ਕਿਉਂਕਿ ਪੋਸਟ ਚਾਂਸ ਸੋ ਉਮਰ ਸਾਹਿਬ ਨਾਲ ਅਜਾ ਕੁਝ ਹੋਰ ਕਿਸੇ ਸਾਹਿਬ ਨਾਲ ਸੋ ਬਾਤ ਘੱਟ ਸਕਦੀ ਏ ਤਾਂ ਇਹ ਜ਼ਰੂਰ ਅਪਲਾਈ ਕਰ ਦਿਓ ਬਾਕੀ ਜਿਹਦੇ 60 65 ਨੇ ਸੋ ਉਹਨਾਂ ਵਾਸਤੇ ਬਹੁਤ ਹੀ ਸੋ ਕਟਆ ਰੂਲ ਹੈ ਇਹ ਕਿਉਂਕਿ ਉਹਨਾਂ ਵਾਸਤੇ ਕੋਈ ਵੀ ਮੌਕਾ ਨਹੀਂ ਦੇ ਰਹੀ ਸਰਕਾਰ ਜਦੋਂ ਪੇਪਰ ਰੱਖ ਲਿਆ ਜਾਵੇ ਠੀਕ ਹੈ ਸਾਫ ਸਾਫ ਤੇ ਉਹ ਕੰਪੀਟੀਸ਼ਨ ਦੇ ਵਿੱਚ ਖੜ ਸਕਣ ਤੇ ਤਾਂ ਦੋਸਤੋ ਇਹ ਸਮਝ ਲਓ ਜੀ ਤੇ ਆਪਣੇ ਕੋਰੋਨਾ ਕਾਲ ਦੇ ਵਿੱਚ ਜਿਹੜਾ ਹੋਰ ਬੱਚੇ ਜਿਹੜੇ ਹੁਣ ਟੈਸਟ ਪੜੇ ਸੀ ਠੀਕ ਹੈ ਜੀ ਸੈਮੈਸਟਰ ਮੁਤਾਬਿਕ ਸੋ ਉਹੀ ਯਾਤਰ ਲੱਗਦੇ ਨੇ ਤੇ ਬਾਅਦ ਵਿੱਚ ਪੋਸਟਾਂ ਵੀ ਖਾਲੀ ਰਹਿ ਜਾਂਦੀਆਂ ਨੇ ਇਸ ਦੇ ਵਿੱਚ ਠੀਕ ਹੈ ਜੀ ਤਾਂ ਇਹ 80% ਵਾਲਾ ਤੇ ਹੁਣ ਬਹੁਤ ਸਾਰੇ ਬੱਚਿਆਂ ਦਾ ਡਾਊਟ ਸੀ ਕਿ ਇਸ ਦਾ ਰਿਜ਼ਲਟ ਕਦੋਂ ਨਿਕਲਵਾਤਾ ਜਾਏਗਾ ਤਾਂ ਇਸ ਦਾ ਰਿਜ਼ਲਟ ਆ ਜੇ ਲਗਭਗ ਦੇਖੋ ਜੂਨ ਦੇ ਵਿੱਚ ਤਾਂ 5 ਜੂਨ ਤੱਕ ਤਾਂ ਇਹ ਫਾਰਮ ਭਰੇ ਜਾਣੇ ਨੇ ਉਸ ਤੋਂ ਬਾਅਦ ਤੁਸੀਂ ਮੰਨ ਕੇ ਚਲੋ ਜੂਨ ਸਾਰਾ ਨਿਕਲ ਜੂਗਾ ਜੁਲਾਈ ਅਗਸਤ ਸਤੰਬਰ ਅਕਤੂਬਰ ਅਕਤੂਬਰ ਦੇ ਐਂਡ ਤੱਕ ਠੀਕ ਹੈ ਜੀ ਜਾਂ ਫਿਰ ਨਵੰਬਰ ਦੇ ਨਵੰਬਰ ਦੇ ਸ਼ੁਰੂ ਤੱਕ ਆ ਰਿਜ਼ਲਟ ਆ ਚੜਾਇਆ ਹੋਵੇਗਾ ਜੀ ਤਿੰਨ ਮਹੀਨੇ ਤਾਂ ਲਗਭਗ ਟੱਪ ਜਾਂਦੇ ਨੇ ਤਾਂ ਇਹ ਮੰਨ ਕੇ ਚਲੋ ਤਿੰਨ ਤੇ 5 ਮਹੀਨੇ ਦੇ ਵਿੱਚਕਾਰ ਤੁਹਾਡਾ ਜਿਹੜਾ ਰਿਜ਼ਲਟ ਆ ਇਹ ਆਵੇਗਾ ਠੀਕ ਹੈ ਜੀ ਇਹਨੇ ਜਲਦੀ ਰਿਜ਼ਲਟ ਦੀ ਕੋਸ਼ਿਸ਼ ਨਹੀਂ ਕਿਤੇ ਉਹਨਾਂ ਦਾ ਬਹੁ ਕਈ-ਕਈ ਵਾਰ ਪਿਛਲਾ ਰਿਜ਼ਲਟ ਤਾਂ ਜਦੋਂ ਉਹ 7-8 ਮਹੀਨੇ ਲੱਗੇ ਸੀ ਸੋ ਇਸ ਤਰ੍ਹਾਂ ਥੋੜਾ ਜਿਹਾ ਟਾਈਮ ਲੱਗਦਾ ਤਾਂ 3 ਮਹੀਨੇ ਦਾ ਜ਼ਰੂਰ ਮੰਨ ਕੇ ਚੱਲੋ ਇਸਦੇ ਰਿਜ਼ਲਟ ਵਾਸਤੇ ਜੀ ਠੀਕ ਹੈ ਤੇ ਸੋ ਆਈ ਹੋਪ ਤੁਹਾਡੇ ਸਾਰੇ ਡਾਊਟ ਦੂਰ ਹੋ ਗਏ ਹੋਣਗੇ ਤਾਂ ਪ੍ਰੀਵੀਅਸ ਕੱਟ ਵੀ ਤੁਹਾਨੂੰ ਦੱਸੀਆਂ ਮੈਂ ਸਾਰੀ ਠੀਕ ਹੈ ਤੇ ਸਾਰੀ ਪੋਸਟਸ ਨੂੰ ਕੈਟਾਗਰੀ ਵਾਈਜ਼ ਦੱਸ ਦਿੱਤੀ ਨੇ ਦੋਸਤੋ ਜੇਕਰ ਵੀਡੀਓ ਬਤ ਲਿਖਿਆ ਤਾਂ ਪਲੀਜ਼ ਵੀਡੀਓ ਨੂੰ ਬਾਅਦ ਉਹ ਲਾਈਕ ਕਰਿਓ ਜੀ ਠੀਕ ਹੈ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਨੂੰ ਬਤ-ਬਤ ਸ਼ੇਅਰ ਕਰਿਓ ਤੇ ਸੁਚਨਣਾ ਨਾਲ ਬਣੇ ਰਹਿਓ ਜੀ ਸੋ ਚੈਨਲ ਨੂੰ ਸਬਸਕ੍ਰ